ਅੱਲਾਹ ਦੀ ਬਰਕਤ। ਅੱਜ ਮੈਂ ਬਣਾਵਾਂਗੀ ਬਲੋਚੀ ਮਸਾਲਾ ਕੀਮਾ। ਬਲੋਚੀ ਮਸਾਲਾ ਕੀਮਾ ਬਣਾਉਣ ਵਾਸਤੇ ਸਾਨੂੰ ਅੱਧਾ ਕਿਲੋ ਕੀਮਾ ਚਾਹੀਦਾ ਬੀਫ ਦਾ, ਦੋ ਹਰੀਆਂ ਮਿਰਚਾਂ ਚਾਹੀਦੀਆਂ ਨੇ, ਤਿੰਨ ਪਿਆਜ਼ ਛੋਟੇ ਚਾਹੀਦੇ ਨੇ, ਅੰਡਾ ਪੇਸਟ ਚਾਹੀਦਾ ਇੱਕ ਚਮਚ, ਚਾਰ ਚਮਚ ਦਹੀਂ ਚਾਹੀਦਾ, ਸੁੱਕੇ ਮਸਾਲਿਆਂ 'ਚ ਨਮਕ ਚਾਹੀਦਾ ਅੱਧਾ ਚਮਚ, ਅਦਰਕ ਪਾਊਡਰ ਚਾਹੀਦਾ ਅੱਧਾ ਚਮਚ, ਪੀਸਾ ਧਨੀਆ ਚਾਹੀਦਾ ਅੱਧਾ ਚਮਚ, ਹਲਦੀ ਚਾਹੀਦੀ ਇੱਕ ਚਮਚ, ਸੁਰਖ ਪੀਸੀ ਮਿਰਚ ਚਾਹੀਦੀ ਦੋ ਚਮਚ, ਤੇਲ ਅੱਧੀ ਪਿਆਲੀ ਚਾਹੀਦੀ, ਧਨੀਆ ਚਾਰ ਚਮਚ ਪਾਵਾਂਗੀ, ਕਸੂਰੀ ਮੇਥੀ ਇੱਕ ਚਮਚ ਪਾਵਾਂਗੀ। ਚਲੋ ਫਿਰ ਬਣਾ ਲਈਏ। ਪਤੀਲੀ ਮੈਂ ਅੱਗੂ ਤੇ ਰੱਖਤੀ, ਹੁਣ ਮੈਂ ਪਾ ਦਾਂਗੀ ਇੱਕ ਪਿਆਲੀ ਪਾਣੀ, ਬਿਸਮਿਲਲਾ, ਅਸੇ ਹਰੀਆਂ ਮਿਰਚਾਂ ਕੱਟੀਆਂ ਪਾ ਦਾਂਗੀ, ਲਸਣ ਦੀ ਪੇਸਟ ਪਾ ਦਾਂਗੀ, ਸੁੱਕੇ ਸਾਰੇ ਮਸਾਲੇ, ਕੀਮਾ ਪਾ ਦਾਂਗੀ, ਜੀ ਕੀਮੇ ਅਤੇ ਮਸਾਲੇ ਦੇ ਪਾਣੀ ਨੂੰ ਉਬਾਲ ਆ ਗਿਆ, ਮੈਂ 25 ਮਿੰਟ ਅਸੀਂ ਇਹਨੂੰ ਹਲਕੀ ਅੱਗ 'ਤੇ ਰੱਖ ਦਾਂਗੀ। ਬਿਸਮਿਲਲਾ, ਕੀਮੇ ਦਾ ਪਾਣੀ ਖੁਸ਼ਕ ਹੋ ਗਿਆ ਅਤੇ ਕੀਮਾ ਗਲ ਗਿਆ, ਹੁਣ ਅਸੀਂ ਤੇਲ ਪਾ ਲਾਂਗੇ। ਬਿਸਮਿਲਲਾ, ਅਸੀਂ ਕੀਮਾ ਅੱਛੀ ਤਰ੍ਹਾਂ ਭੁੰਨ ਲਿੱਤਾ, ਬਹੁਤ ਖੁਸ਼ਬੂ ਆ ਰਹੀ ਹੈ, ਹੁਣ ਮੈਂ ਪਾ ਦਾਂਗੀ ਹਰਾ ਧਨੀਆ, ਸੂਰੀ ਮੇਥੀ ਪਾ ਦਾਂਗੀ ਅਤੇ ਤੁਹਾਨੂੰ ਡਿਸ਼ ਆਊਟ ਕਰਕੇ ਦਿਖਾਉਂਗੀ। ਬੇਟਾ ਜੀ, ਮੈਂ ਬਲੋਚੀ ਮਸਾਲਾ ਕੀਮਾ ਡਿਸ਼ ਆਊਟ ਕਰਤਾ, ਤੁਸੀਂ ਵੀ ਇਸ ਤਰ੍ਹਾਂ ਬਣਾਉਣਾ, ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼।